ਪੰਜਾਬ ਦੀ। ਦੁਨੀਆ ਦੇ ਵਿੱਚ ਆ ਕੇ ਦਿਖਾਏ ਰੰਗ ਹਜ਼ਾਰ ਕਿਸਮਤ, ਅਨਪੜ੍ਹਾਂ ਦੀ ਕਰੇ ਇਸ਼ਾਨ ਆਲੀ ਤੇ ਪੜ੍ਹਿਆਂ ਲਿਖਿਆਂ ਨੂੰ ਕਰੇ ਖਵਾਰ ਕਿਸਮਤ, ਰਾਜੇ ਨੂੰ ਰੰਕ ਬਣਾ ਦੇਵੇ ਦੇਵਨ ਤੇ ਆਵੇ ਜਦੋਂ ਹਾਰ ਕਿਸਮਤ, ਦੰਦਾਂ ਨਾਲ ਲੋਹ ਨੇ ਉਹ ਭੰਨ ਦਿੰਦੇ ਤੇ ਹੋਵੇ ਜਿਨ੍ਹਾਂ ਦੀ ਸਾਜ਼ਗਾਰ ਕਿਸਮਤ। ਸੁਰਾਂ ਦੇ ਸੁਰੀਲੇ ਸਫ਼ਰ ਯਾਨੀ ਕਿ ਆਵਾਜ਼ ਪੰਜਾਬ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਦੁਨੀਆ ਕਹਿੰਦੀ ਹੈ ਕਿ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਔਰ ਮਿਹਨਤ ਕਰਦੇ ਵੀ ਨੇ ਲੋਕ, ਪਰ ਜੇ ਮਿਹਨਤ ਇਕੱਲੀ ਕੀਤੀ ਜਾਏ ਤੇ ਕਿਸਮਤ ਸਾਥ ਨਾ ਦੇਵੇ ਤੇ ਉਸ ਮਿਹਨਤ ਦਾ ਵੀ ਕੋਈ ਫਾਇਦਾ ਨਹੀਂ। 90% ਮਿਹਨਤ ਤੇ 10% ਕਿਸਮਤ, ਪਰ ਇਹ ਉਹ 10% ਨੇ ਜਿਨ੍ਹਾਂ ਬਿਨਾਂ 90% ਵੀ ਕੁਛ ਨਹੀਂ ਕਰ ਸਕਦੇ। ਸੋ ਕਿਸਮਤ ਅਜ਼ਮਾਈ ਦਾ ਇਹ ਫੈਸਲਾ ਇਸ ਮੁਕਾਬਲੇ ਦੇ ਵਿੱਚ ਹੋ ਰਿਹਾ ਤੇ ਸਾਡੇ ਇਹਨਾਂ ਫਨਕਾਰਾਂ ਦੀ ਗਾਇਕੀ ਦੇ ਕਿਸਮਤ ਦਾ ਫੈਸਲਾ ਕਰਨ ਲਈ ਆ ਰਹੇ ਨੇ ਸਾਡੇ ਮਾਣਯੋਗ ਜੱਜਿਸ ਹੰਸਰਾਜ ਹੰਸ ਜੀ, ਜਸਪਿੰਦਰ ਨਰੂਲਾ ਤੇ ਸਚਿਨ ਅਹੂਜਾ। ਇਜਾਜ਼ਤ ਹੋਵੇ ਤੇ ਸ਼ੁਰੂ ਕਰੀਏ ਜੀ। ਕੁਆਟਰ ਫਾਈਨਲ ਰਾਊਂਡਸ ਤੇ ਸਾਡੇ 4 ਮੇਲ ਕੰਟੈਸਟੈਂਟਸ, ਰੋਸ਼ਨ ਪ੍ਰਿੰਸ, ਸੰਦੀਪ, ਸਾਹਿਲ ਤੇ ਗੁਰਮੀਤ ਕਿਲ। ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਆਟਰ ਫਾਈਨਲ ਰਾਊਂਡਸ ਨੂੰ ਵੰਡਿਆ ਗਿਆ 4 ਰਾਊਂਡਸ ਦੇ ਵਿੱਚ। ਪਹਿਲਾ ਰਾਊਂਡ ਕੰਟੈਸਟੈਂਟ ਚੋਇਸ ਰਾਊਂਡ, ਦੂਸਰਾ ਫੋਕ ਮਿਊਜ਼ਿਕ ਰਾਊਂਡ, ਤੀਸਰਾ ਪਾਪੂਲਰ ਮਿਊਜ਼ਿਕ ਰਾਊਂਡ ਤੇ ਚੌਥਾ ਜੱਜਿਸ ਚੋਇਸ ਰਾਊਂਡ। ਤੇ ਸ਼ੁਰੂ ਕਰਦੇ ਹਾਂ ਕੰਟੈਸਟੈਂਟ ਰਾਊਂਡ ਨਾਲ, ਯਾਨੀ ਕਿ ਆਪਣੇ ਪਹਿਲੇ ਰਾਊਂਡ ਨਾਲ, ਤੇ ਸਾਡੇ ਪਹਿਲੇ ਪਾਰਟੀਸੀਪੈਂਟ ਨੇ ਰੋਸ਼ਨ ਪ੍ਰਿੰਸ। ਕਰਦੀਆਂ ਕੁੰਜੀਆਂ ਸਾਂਭ ਲ
ਚਿੜੀਆਂ ਦਾ ਚੰਬਾ ਵੇ। ਕਿੱਥੇ ਆਏ ਸੀ ਬੇਟੇ ਤੁਸੀਂ? ਜੀ ਲੁਧਿਆਣਾ ਤੋਂ। ਲੁਧਿਆਣੇ ਆਏ ਸੀ। ਇਹ ਗਾਣਾ ਅੱਛਾ ਲੱਗਦਾ? ਹਾਂਜੀ। ਪਹਿਲੇ ਗਾਇਆ ਸੀ? ਪਹਿਲਾਂ ਅੱਧੀ ਕੀ ਲਾਈਨ ਗਾਈ ਸੀ ਮੈਨੂੰ ਯਾਦ ਹੈ। ਕੋਸ਼ਿਸ਼ ਕਰੋ ਹਰ ਵਾਰੀ ਨਵਾਂ ਕੁਛ ਨਾ ਕੁਛ। ਇੰਨੇ ਦਿਨ ਮਿਲੇ ਤੁਹਾਨੂੰ? ਜੀ ਸਰ ਜੀ। ਕਿੰਨੇ ਦਿਨਾਂ ਬਾਅਦ ਹੁਣ? ਲਗਭਗ ਇੱਕ ਮਹੀਨਾ। ਹਾਂ, ਇੱਕ ਮਹੀਨੇ ਦੇ ਵਿੱਚ। ਹਾਂਜੀ, 30-40 ਗੀਤ। ਚਲੋ 2-4 ਠੀਕ ਗਾਇਆ ਗਾਣਾ। ਹਾਂਜੀ, ਪਰ 7-8 ਦਾ ਗਾਣਾ ਹੈ। ਗਾਣੇ ਦੇ ਹਿਸਾਬ ਨਾਲ ਥੋੜ੍ਹੀ ਜਿਹੀ ਹੋਰ ਗ੍ਰਿਪ ਹੋਣੀ ਚਾਹੀਦੀ ਸੀ ਗਾਣੇ ਦੀ ਸਰ। ਥੋੜ੍ਹਾ ਤੁਸੀਂ ਲੂਜ਼ ਗਾਇਆ ਗਾਣੇ ਨੂੰ ਨਾ। ਐਕਚੁਲੀ ਮੈਂ ਦੱਸਦਾ, ਇਸ ਸਮੇਂ ਮੈਨੂੰ 102 ਫੀਵਰ ਹੈ। ਓ, ਅਤੇ ਮੈਨੂੰ ਡਾਕਟਰ ਨੇ ਵੋਇਸ ਰੈਸਟ ਵਾਸਤੇ ਕਿਹਾ ਹੋਇਆ, ਮੈਂ ਫਿਰ ਵੀ ਗਾ ਰਿਹਾ। ਨਹੀਂ ਨਹੀਂ, ਚਲੋ ਠੀਕ ਹੈ, ਫਿਰ ਵੀ ਵੈਸੇ ਵੀ ਜਨਰਲੀ ਮੈਂ ਤੁਹਾਨੂੰ ਕਹਿ ਰਿਹਾ। ਜੀ ਸਰ, ਥੋੜ੍ਹਾ ਹੋਰ ਗ੍ਰਿਪ ਨਾਲ ਗਾਇਆ। ਬਿਲਕੁਲ, ਅਗਲੇ ਰਾਊਂਡ 'ਚ ਕੋਸ਼ਿਸ਼ ਕਰਨਾ, ਠੀਕ ਹੈ? ਜੀ ਬਿਲਕੁਲ ਸਰ। ਥੈਂਕ ਯੂ। ਬੋਲੀ ਸਈਓ ਰਲ ਦੇਵੋਨੀ ਵਦਾਈ ਆਵੋਨੀ ਸਈਓ ਰਲ ਦੇਵੋਨੀ ਵਦਾਈ ਨੀ ਆਵੋਨੀ ਸਈਓਰਲ ਦੇਵੋਨੀ ਵਦਾਈ ਆਵੋਨੀ ਸਈਓਰਲ ਦੇਵੋਨੀ ਵਦਾਈ ਨੀ ਮੈਂ ਭਰ ਪਾਇਆ ਰਾਜਾ ਮਾਹੀ ਨੀ ਮੈਂ ਭਰ ਪਾਇਆ ਰਾਜਾ ਮਾਹੀ ਰਹਿ ਗਏ ਜ਼ਿੰਦਗਾਨੀ ਦੇ ਦਿਨ ਤੋੜੇ ਐਸਾ ਵੇਖਿਆ ਬੇਪਰਵਾਹ ਮਾਹੀ ਨੀ ਮੈਂ ਹੱਥ ਜੋੜਾਂ ਤੇ ਉਹ ਦਿਲ ਤੋੜੇ
ਗਏ ਲੰਮੀਆਂ ਜੁਦਾਈਆਂ ਦਿਨ ਪਿਆਰ ਦੇ ਢੋਲਣਾ ਲੰਮੀਆਂ ਜੁਦਾਈਆਂ ਦਿਨ ਪਿਆਰ ਦੇ ਲੁੱਟੀਆਂ ਯਾਦਾਂ ਵਾਂ ਤੂੰ ਤੇ ਚੌਦਵੀਂ ਦੇ ਚੰਨ ਦੀਆਂ ਕਾਲੀਆਂ ਘਟਾਵਾਂ ਓਲੇ ਬੈਠ ਕੇ ਕਾਲੀਆਂ ਘਟਾਵਾਂ ਓਲੇ ਬੈਠ ਕੇ ਨੂਰ ਦਾ ਨਕਾਬ ਸਾਡਾ ਲਾਲਿਆਈ ਮੈਰ ਮਾਵੇ ਸਾਡੇ ਆਈ ਚਾਵਾਂ ਓਲੇ ਬੈਠ ਕੇ ਸਾਡਿਆਂ ਹੀ ਚਾਵਾਂਲੇ ਬੈਠ ਕੇ ਸਾਨੂੰ ਬਸ ਤੇਰੀਆਂ ਲੋੜਾਂ ਦੱਸਾਂ ਕੀ ਤੇਰੀਆਂ ਥੋੜਾਂ ਸਾਨੂੰ ਬਸ ਤੇਰੀਆਂ ਲੋੜਾਂ ਦੱਸਾਂ ਕੀ ਤੇਰੀਆਂ ਥੋੜਾਂ ਹਾਰ ਗਏ ਲੰਮੀਆਂ ਜੁਦਾਈਆਂ ਬੜਾ ਔਖਾ ਗਾਣਾ ਗਾਉਂਦੇ ਹੋ ਸਿੱਖਦੇ ਹੋ ਬੇਟਾ ਤੇਰੀ ਸਿਹਤ ਠੀਕ ਹੈ ਠੀਕ ਹੈ ਸਭ ਠੀਕ ਹੈ ਦਰਅਸਲ ਪ੍ਰੋਗਰਾਮ ਪੰਜਾਬੀਆਂ ਦਾ ਆਉਣਾ ਦਿੱਲੀ ਪਿਆ ਅਤੇ ਕਿਸੇ ਨਾ ਕਿਸੇ ਤਰ੍ਹਾਂ ਟਾਈਮ ਪਾਸ ਕਰਕੇ ਵਿਚਾਰੇ ਬੱਚੇ ਹਰ ਮੌਸਮ ਨਾਲ ਲੜ ਕੇ ਇੱਥੇ ਸੰਗਤ ਕਰ ਰਿਹਾ ਅੱਛਾ ਫਿਰ ਵੀ ਪਰਫੋਰਮ ਕਰ ਰਿਹਾ ਥੈਂਕ ਯੂ ਸਰ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਐਸੀ ਕੰਪੋਜੀਸ਼ਨ ਨੂੰ ਕੋਸ਼ਿਸ਼ ਕਰੀਏ ਅੱਛੇ ਤਰੀਕੇ ਨਾਲ ਨਿਭਾਉਣ ਦੀ ਪਰ ਹੋਰ ਪਰਿਪੱਕਤਾ ਚਾਹੀਦੀ ਹੈ ਠੀਕ ਹੈ ਸਰ ਠੀਕ ਹੈ ਹਾਂਜੀ ਪਰਿਪੱਕਤਾ ਦਾ ਮਤਲਬ ਸਮਝਦੇ ਹੋ ਪਕਾਈ ਪਰਫੈਕਸ਼ਨ ਪਰਫੈਕਸ਼ਨ ਪਕਾਈ ਨਹੀਂ ਪਰਫੈਕਸ਼ਨ ਪੰਜਾਬੀ ਦੇਸੀ ਭਾਸ਼ਾ ਚ ਬੋਲ ਰਿਹਾ ਪਕਾਈ ਠੀਕ ਹੈ ਪੱਕਾ ਸੁਰ ਮਤਲਬ ਪੱਕਾ ਸੁਰ ਹਾਂ ਮਜ਼ਬੂਤ ਫੀਲਿੰਗ ਜ਼ਰੂਰੀ ਹੈ ਪਕਾਈ ਸ਼ਬਦ ਨੂੰ ਅੰਡਰਲਾਈਨ ਕਰ ਲੈਣਾ ਇਹ ਤੁਹਾਡਾ ਹੀ ਸ਼ਬਦ ਹੈ ਪਕਾਈ ਨੂੰ ਅਰੇਜ਼ ਕਰ ਦੇਣਾ ਠੀਕ ਹੈ ਸਰ ਸ਼ਾਬਾਸ਼ ਪੁੱਤਰ ਜਿਉਂਦਾ ਰਹੋ ਥੈਂਕ ਯੂ ਚੱਲ ਸੱਜਣ ਵਿਛੋੜਿਆਂ ਦੇ ਮਰ ਕਦੋਂ ਸੌਂਦੇ ਨੇ ਸੱਜਣ ਵਿਛੋੜਿਆਂ ਦੇ ਮਰ ਕਦੋਂ ਸੌਂਦੇ ਨੇ ਸੱਜਣ ਵਿਛੋੜਿਆਂ ਦੇ ਮਰ ਕਦੋਂ ਸੌਂਦੇ
ਹੌਸਲੇ ਨਾ ਕਾਇਮ ਹੋ ਕੇ ਮਿਹਨਤ, ਲਗਨ, ਡੈਡੀਕੇਸ਼ਨ ਤੇ ਮਕਸਦ ਇੱਕੋ ਹੀ। ਆਵਾਜ਼ ਪੰਜਾਬ ਦੀ ਦਾ ਇਹ ਖਿਤਾਬ। ਉਦੋਂ ਤੀਕ ਨਹੀਂ ਰਾਤ ਨੂੰ ਨੀਂਦ ਆਉਂਦੀ ਜਦੋਂ ਤੀਕ ਬੁਝਾਰਤਾਂ ਪਾਣ ਲਵਾਂ, ਉਦੋਂ ਤੀਕ ਨਹੀਂ ਚੁੱਪ ਆਉਂਦੀ ਮੇਰੇ ਹਾਸਿਆਂ ਨੂੰ ਜਦੋਂ ਤੀਕ ਵੱਖੀਆਂ ਹਫਾ ਨਾ ਲਵਾਂ, ਆਉਂਦੀ ਐਤਬਾਰ ਮੈਨੂੰ ਨਹੀਂ ਝਾਂਜਰਾਂ 'ਤੇ ਜਦੋਂ ਤੱਕ ਵੰਜਲੀ ਦੇ ਨਾਲ ਨਚਾ ਨਾ ਲਵਾਂ, ਉਦੋਂ ਤੀਕ ਹਾਜ਼ਮਾ ਨਹੀਂ ਮੇਰਾ ਠੀਕ ਹੁੰਦਾ ਜਿੰਨੀ ਦੇਰ ਭਾਬੀਆਂ ਤੋਂ ਗਾਲਾਂ ਖਾ ਨਾ ਲਵਾਂ। ਦਿਨ ਰਾਤ ਪੰਜਾਬੀ ਦੀ ਕਰੂ ਸੇਵਾ ਜਦੋਂ ਤੀਕ ਦੁਨੀਆਂ ਨੂੰ ਪੰਜਾਬੀ ਸਿਖਾ ਨਾ ਲਵਾਂ। ਜੀ ਹਾਂ, ਉਸੇ ਰੰਗ ਦਾ ਨਾਮ ਫੋਕ ਮਿਊਜ਼ਿਕ ਰਾਊਂਡ 'ਤੇ ਪਹਿਲੇ ਕੰਟੈਸਟੈਂਟ ਰੋਸ਼ਨ ਪ੍ਰਿੰਸ। ਸੰਮੀ ਮੇਰੀ ਵਾ ਊਠ ਲੱਦੇ ਕਚੂਰ ਦੇ ਬਣ ਸੰਮੀਏ, ਸੰਮੀ ਮੇਰੀ ਵਾ ਊਠ ਲੱਦੇ ਕਚੂਰ ਦੇ ਬਣ ਸੰਮੀਏ, ਸੰਮੀ ਮੇਰੀ ਵਾਰ ਪਾੜੀ ਪਾੜੇ ਕਰ ਦੂਰ ਦੇ, ਸੰਮੀ ਮੇਰੀ ਵਾਰ ਪਾੜੀ ਪਾੜੇ ਕਰ ਦੂਰ ਦੇ ਬਣ ਸੰਮੀਏ, ਮੇਰੀ ਵਾ ਊਠ ਲੱਦੇ ਕਚੂਰ ਦੇ ਬਣ ਸੰਮੀਏ।
ਸੰਮੀ ਮੇਰੀ ਵਾ ਊਠਾਂ ਦੇ ਗੜ੍ਹ ਟੱਲੀਆਂ, ਸੰਮੀ ਮੇਰੀ ਵਾ ਊਠਾਂ ਦੇ ਗੜ੍ਹ ਟੱਲੀਆਂ, ਸੰਮੀ ਮੇਰੀ ਵਾਰ ਤਾੜੀਆਂ ਮਾਰਦੀਆਂ ਜੱਲੀਆਂ, ਸੰਮੀ ਮੇਰੀ ਵਾਰ ਤਾੜੀ ਮਾਰਦੀਆਂ ਜੱਲੀਆਂ, ਸੰਮੀ ਮੇਰੀ ਵਾਰ ਤਾੜੀ ਮਾਰਦੀਆਂ ਜੱਲੀਆਂ, ਵਣ ਸੰਮੀਏ ਸੰਮੀ ਮੇਰੀ ਵਾਰ ਊਠ ਲੱਦੇ ਕਚੂਰ ਦੇ ਵਣ ਸੰਮੀਏ, ਸੰਮੀ ਮੇਰੀ ਵਾਰ ਊਠ ਲੱਦੇ ਕਚੂਰ ਦੇ ਬਣ ਸੰਮੀਏ। ਅੱਛੀ ਕੰਪੋਜੀਸ਼ਨ ਗਾਈ ਹੈ ਇਹਨਾਂ ਨੇ, ਬਹੁਤ ਅੱਛੀ ਗਾਈ ਜੀ। ਫੋਕ ਦਾ ਹੈਗਾ ਤੇ ਵਹਿਮ ਨਾ ਕਰੋ, ਬੁਖਾਰ ਠੀਕ ਹੀ ਹੋਏਗਾ ਗਾਣੇ ਨਾਲ। ਹਾਂਜੀ, ਮਿਊਜ਼ਿਕ ਥੈਰੇਪੀ ਬੜੀ ਆਪਣੇ ਆਪ ਚ ਵੱਡੀ ਥੈਰੇਪੀ ਹੈ, ਬੁਖਾਰ ਨੂੰ ਦਿਮਾਗ ਤੇ ਨਾ ਹਾਵੀ ਹੋਣ ਦੇਣਾ। ਹਾਂ ਜੀ ਸਰ ਜੀ, ਬਸ ਸੁਰ ਤੁਹਾਡਾ ਕਿਆ ਮੰਨਦਾ, ਔਰ ਦਿਮਾਗ ਨੂੰ ਟਿਊਨ ਅਪ ਕਰੋ, ਕੁਛ ਨਹੀਂ ਹੁੰਦਾ। ਠੀਕ ਹੈ ਸਰ। ਹਾਂ, ਇੱਕ ਜੀਦਾਰੀ ਨਾਲ ਗਾਓ, ਦੋ ਰਾਊਂਡ ਅਜੇ ਬਾਕੀ, ਦੋ ਚਾਂਸ ਤੁਹਾਡੇ ਕੋਲ ਸਮਝ ਲਓ ਬਾਕੀ ਹੈ। ਠੀਕ ਹੈ, ਤੁਸੀਂ ਬਿਮਾਰ ਬਿਲਕੁਲ ਨਹੀਂ ਗਏ। ਠੀਕ ਹੈ ਜੀ, ਮੈਂ ਆਪਣੇ ਐਕਚੁਅਲ ਸਕੇਲ ਤੋਂ ਹੀ ਗਾਉਂਗਾ। ਐਕਚੁਅਲ ਸਕੇਲ ਤੋਂ ਗਾਓ। ਠੀਕ, ਆਲ ਦਾ ਬੈਸਟ ਬੀਟ। ਥੈਂਕ ਯੂ। ਜਿੱਥੋਂ ਕੰਫਰਟੇਬਲ ਫੀਲ ਕਰੋ ਉੱਥੋਂ ਗਾਓ। ਠੀਕ ਹੈ, ਗੁੱਡ। ਆਪਣੇ ਹਿਸਾਬ ਨਾਲ ਜੋਗੀਆ ਝੂਠ ਬੋਲੇ ਤੇ ਕੌਣ ਰੁੱਠੜੇ, ਬਾਲ ਦੀਵੇ
ਤਿਰਸ ਸਾਜੇ ਸੁਣਾ ਮੈਂ ਇਹ ਹੀਰ ਕਿਹਦੀ ਸੁਣੀ ਸੀ, ਕਿਹਦੀ ਗਾਈ ਹੋਈ ਸੁਣੀ ਸੀ? ਨਹੀਂ ਨਹੀਂ, ਇਹ ਵਾਰਿਸ ਸ਼ਾਹ ਨੇ ਗਾਈ ਸੀ? ਨਹੀਂ ਨਹੀਂ, ਉਹਨੇ ਲਿਖੀ ਸੀ। ਹਾਂਜੀ, ਤੇ ਕਿੰਨੇ ਇਹਨੂੰ ਗਾਇਆ ਸੀ? ਜਿੱਦਾਂ ਤੁਸੀਂ ਕਿੱਥੋਂ ਸੁਣਿਆ? ਕਿਸੇ ਕਾਲਜ 'ਚ ਸੁਣਿਆ। ਬੇਟੇ ਡਰਦੇ ਕਿਉਂ, ਦੱਸੋ। ਕਾਲਜ ਮੈਮ, ਕਾਲਜ ਕਿਸੇ ਟੀਚਰ ਨੇ ਸੁਣਾਈ ਹੈ? ਤੁਹਾਡੇ ਲੈਕਚਰਰ ਵਗੈਰਾ ਕਿਸੇ ਨੇ ਸੁਣਾਈ ਹੈ? ਬਦਲ ਜਾਂਦੀ ਨਾ, ਪਹਿਲੀ ਲਾਈਨ ਦਾ ਦੂਸਰੀ ਲਾਈਨ ਨਾਲ ਲਿੰਕ ਹੈ, ਪਹਿਲੀ ਟਿਊਨ ਦਾ ਪਹਿਲੀ ਜਿਹੜੀ ਲਾਈਨ ਹੈ ਦੂਸਰੀ ਲਾਈਨ ਦੀ ਟਿਊਨ ਨਾਲ ਲਿੰਕ ਹੈ। ਇਹਦੇ ਖਾਸ ਤੌਰ 'ਤੇ ਫੋਕ ਵਿੱਚ ਜਦੋਂ ਤੁਸੀਂ ਗਾਉਂਦੇ ਹੋ, ਜਿਹੜੀਆਂ ਟ੍ਰੈਡੀਸ਼ਨਲ ਤਰਜ਼ਾਂ ਬਣੀਆਂ, ਇਹ ਟਿਊਨ ਤੁਹਾਡੇ ਤੋਂ ਗੜਬੜ ਹੋ ਗਈ ਆ ਔਰ ਲਫਜ਼ ਵੀ ਗੜਬੜ ਹੋ ਗਿਆ ਆ। ਕੋਈ ਘਬਰਾਹਟ ਨਹੀਂ, ਘਬਰਾਓ ਨਾ, ਹੌਸਲੇ ਨਾਲ ਕੰਮ ਕਰੋ। ਤੁਸੀਂ ਪੰਜਾਬ ਦੇ ਹੋ ਨਾ? ਹਾਂਜੀ, ਪੰਜਾਬੀਆਂ ਵਾਂਗ ਬੋਲੋ। ਤੁਹਾਨੂੰ ਤੇ ਹੋਰ ਹੌਸਲਾ ਹੋਣਾ ਚਾਹੀਦਾ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੀਰ ਯਾਨੀ ਸੱਸੀ ਪੁੰਨੂ ਤੇ ਇਹ ਸਾਰੇ ਜੋ ਵੀ ਸਾਡੇ ਮਿਰਜ਼ਾ ਸਾਹਿਬ ਆ, ਇਹ ਜਿੰਨੇ ਵੀ ਹੈਗੇ ਨੇ ਸਾਡੇ ਫੋਕ, ਇਹ ਤੁਹਾਡੇ ਲੋਕਾਂ ਨੂੰ ਤੇ ਪਤਾ ਹੋਣੇ ਚਾਹੀਦੇ ਨੇ। ਦਿੱਲੀ ਵਾਲੇ ਤਾਂ ਫਿਰ ਥੋੜਾ ਜਿਹਾ ਅਸੀਂ ਸਮਝਦੇ ਆ ਕਿ ਦੂਰ ਹੋ ਜਾਂਦੇ ਨੇ, ਪਰ ਪੰਜਾਬ ਵਾਲੇ ਤਾਂ ਇੱਕ ਲਾਈਨ ਦੀ ਵੀ ਟਿਊਨ ਜਦੋਂ ਚੇਂਜ ਕਰ ਦਿੰਦੇ ਹੋ ਨਾ ਤੇ ਉਹ ਫੋਕ ਨਹੀਂ ਰਹਿੰਦਾ। ਫੋਕ ਮੀਨਸ ਪਿਓਰ ਫੋਕ, ਜੋ ਲੋਕ ਗੀਤ ਸਦੀਆਂ ਤੋਂ ਚੱਲੇ ਆ ਰਹੇ ਆ, ਜਿਨ੍ਹਾਂ ਦੇ ਨਾ ਕੰਪੋਜ਼ਰ ਦਾ ਪਤਾ ਹੈ ਨਾ ਰਾਈਟਰ ਦਾ ਪਤਾ ਹੈ, ਐਸੀ ਐਸੀ ਚੀਜ਼ਾਂ। ਹੋਰ ਦੋ ਰਾਊਂਡ ਹੈਗੇ ਸਾਡੇ ਕੋਲ। ਚੰਨਾ ਕੋਈ ਬਲ ਦੇ ਦੀਵੇ, ਚੰਨਾ ਕੋਈ ਬਲ ਦੇ ਦੀਵੇ, ਚੰਨਾ ਕੋਈ ਬਲ ਦੇ ਦੀਵੇ, ਚੰਨਾ ਕੋਈ ਬਲ ਦੇ ਦੀਵੇ। ਵਿਛੜ ਕੇ ਰਾਂਝਣੇ ਤੋਂ, ਵਿਛੜ ਕੇ ਰਾਂਝਣੇ ਤੋਂ, ਜਿਵੇਂ ਹੀਰ ਨਿਮਾਣੀ ਜੀਵੇ, ਚੰਨਾ ਕੋਈ ਬਲ ਦੇ ਦੀਵੇ, ਚੰਨਾ ਕੋਈ ਬਲ ਦੇ ਦੀਵੇ। ਸੋਹਣੀਏ ਨੀ ਡੋਰਾਂ ਕੱਚੀਆਂ, ਸੋਹਣੀਏ ਨੀ ਡੋਰਾਂ ਕੱਚੀਆਂ, ਸੋਹਣੀਏ ਨੀ ਡੋਰਾਂ ਕੱਚੀਆਂ, ਸੋਹਣੀਏ ਨੀ ਡੋਰਾਂ ਕੱਚੀਆਂ। ਰੱਬ ਆਪੇ ਮੇਲ ਦਿੰਦਾ, ਰੱਬ ਆਪੇ ਮੇਲ, ਸੋਹਣੀਏ ਨੀ ਡੋਰਾਂ ਕੱਚੀਆਂ, ਆ
ਸਾਹਿਲ ਇਹ ਗੁਲਾਮ ਅਲੀ ਖਾਨ ਸਾਹਿਬ ਦਾ ਗਾਇਆ ਹੋਇਆ ਨਾ ਤੇ ਕੰਪੋਜੀਸ਼ਨ ਵੀ ਉਹਨਾਂ ਦੀ ਹੈ ਬੇਟੇ ਫੋਕ ਨਹੀਂ ਹੋਇਆ ਫਿਰ ਅਲਫਾਜ਼ ਵੀ ਹਾਂ ਇਹ ਮਾਈਆ ਵੀ ਕਿਸੇ ਹੁਣ ਕਿਸੇ ਮਾਈਏ ਨੇ ਲਿਖਿਆ ਆਪਣੀ ਆਪਣੀ ਬਾਲੋ ਲਈ ਲਿਖਿਆ ਕਿਸੇ ਹੁਣ ਦੇ ਮਾਈਏ ਨੇ ਅਤੇ ਖਾਨ ਸਾਹਿਬ ਨੇ ਗਾਇਆ ਬਹੁਤ ਖੂਬਸੂਰਤ ਉਹਨਾਂ ਦੇ ਨਾਲ ਤਰਨਮ ਨਾਜ਼ ਬੀਬੀ ਜੀ ਨੇ ਗਾਇਆ ਬੇਟਾ ਫੋਕ ਕੈਟੇਗਰੀ 'ਚ ਇਹ ਨਹੀਂ ਆਉਂਦਾ ਹੈ ਠੀਕ ਹੈ ਸ਼ਾਬਾਸ਼ ਪਰ ਆਪਣੀ ਉਮਰ 'ਚ ਤੂੰ ਇਹੋ ਜਿਹੀ ਤਰਜ਼ ਗਾ ਰਿਹਾ ਮੁਸ਼ਕਿਲ ਇਸ ਕਰਕੇ ਸ਼ਾਬਾਸ਼ ਇਹ ਮੁਸ਼ਕਿਲ ਕੰਮ ਹੈ ਜਿਹੜਾ ਤੂੰ ਕਰ ਰਿਹਾ ਔਰ ਅੱਛਾ ਗਾਇਆ ਬੱਚੇ ਬਿਨਾਂ ਸੋਚੇ ਕਰ ਰਿਹਾ ਬਹੁਤ ਅਸੀਂ ਐਪਰੀਸ਼ੀਏਟ ਕੀਤਾ ਤਿੰਨਾਂ ਨੇ ਤੁਹਾਨੂੰ ਬਹੁਤ ਅੱਛਾ ਬੇਟਾ ਗੋਡ ਬਲੈਸ ਯੂ ਥੈਂਕ ਯੂ ਹੋ ਜਾਵੋ ਨੀ ਕੋਈ ਮੋੜ ਲਿਆਵੋ ਨੀ ਮੇਰੇ ਨਾਲ ਗਿਆ ਅੱਜ ਲੜਕੇ ਹੋ ਅੱਲਾ ਕਰੇ ਜੇ ਆ ਜਾਵੇ ਸੋਹਣਾ ਤੇ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ ਉਹ ਛੱਲਾ ਬੇਰੀ ਬੂਰੇ ਵੇ ਵਤਨ ਮਾਹੀ ਦਾ ਉਹ ਦੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਉਹ ਛੋਰਾ ਵੇ ਕਾਦਾ ਲਾਇਆ ਈ ਚੋਰਾ ਪਾਇਆ ਰੋਣਾ ਉਮਰਾਂ ਦਾ ਪਾਇਆ ਵੇ ਮੱਲਿਆ ਦੇਸ ਪਰਾਇਆ ਵੇ ਮੱਲਿਆ ਦੇਸ ਪਰਾਇਆ ਵੇ ਗੱਲ ਸੁਣ ਛੱਲਿਆ ਉਹ ਢੋਲਾ ਵੇ ਸਾੜ ਕੇ ਕੀਤਾ ਈ ਕੋਲਾ ਛੱਲਾ ਤਾਂ ਠੀਕ ਹੈ ਪਰ ਥੋੜ੍ਹਾ ਲੂਜ਼ ਹੈ ਇੰਨੀ ਪਾਪੂਲਰ ਅਤੇ ਸਾਦਾ ਤਰਜ਼ ਹੈ ਇਹਨੂੰ ਇਹਨੂੰ ਨਹੀਂ ਭੁੱਲਣਾ ਚਾਹੀਦਾ ਇਹ ਤਾਂ ਸਾਰੇ ਪੰਜਾਬੀਆਂ ਨੂੰ ਯਾਦ ਹੈ ਫਿਰ ਵੀ ਬਹੁਤ ਅੱਛੀ ਗਾਈ ਆ ਅਤੇ ਦੋ ਰਾਊਂਡ ਮੇਰਾ ਖਿਆਲ ਅਜੇ ਬਚਦੇ ਆ ਦੋ ਰਾਊਂਡ ਅਜੇ ਬਚਦੇ ਆ ਅਤੇ ਕੋਈ ਗੱਲ ਨਹੀਂ ਫਿਕਰ ਵਾਲੀ ਦੂਸਰੇ ਦੋ ਰਾਊਂਡ ਚੱਕ ਦਿਓ ਫੱਟੇ ਵਿਸ਼ ਯੂ ਆਲ ਦਾ ਬੈਸਟ ਐਂਡ ਥੈਂਕ ਯੂ ਫੋਕ ਮਿਊਜ਼ਿਕ ਰਾਊਂਡ ਅਤੇ ਪੰਜਾਬ ਦੀ ਮਿੱਟੀ ਦੀ ਮਹਿਕ ਸੁਰਾਂ 'ਚ ਪਰੋ ਕੇ ਤੁਹਾਡੀ ਨਜ਼ਰ ਕੀਤੀ ਸਾਡੇ ਇਹਨਾਂ ਕੰਟੈਸਟੈਂਟਸ ਨੇ ਅਤੇ ਹੁਣ ਸ਼ੁਰੂ ਹੋ ਰਿਹਾ ਸਾਡਾ ਪੋਪ ਮਿਊਜ਼ਿਕ ਰਾਊਂਡ ਯਾਨੀ ਕਿ ਪਾਪੂਲਰ ਮਿਊਜ਼ਿਕ ਰਾਊਂਡ ਜਿਹਦੇ ਵਿੱਚ ਸਾਡੇ ਫਨਕਾਰ ਜਿਊਰੀ ਮੈਂਬਰਸ ਨੂੰ ਸੁਣਾਉਣਗੇ ਡਾਂਸ ਨੰਬਰ ਯਾਨੀ ਕਿ ਕੋਈ ਵੀ ਗਾਣਾ ਜਿਹਦੇ 'ਤੇ ਉਹ ਆਪ ਡਾਂਸ ਕਰਨਗੇ ਜਾਂ ਤੁਹਾਨੂੰ ਡਾਂਸ ਕਰਾਉਣਗੇ ਅਤੇ ਇਸ ਦੇ ਨਾਲ ਹੀ ਸਾਡੇ ਪਹਿਲੇ ਕੰਟੈਸਟੈਂਟ ਨੇ ਰੋਸ਼ਨ ਪ੍ਰਿੰਸ ਜਿੱਤ ਗਈ ਕਿੱਦਾਂ ਹਾਰ ਗਿਆ ਤੂੰ ਜਿੱਤ ਗਈ ਹੈ ਨੀ ਜਿੱਤ ਗਈ ਤੂੰ ਜਿੱਤ ਗਈ ਕਿੱਦਾਂ ਹਾਰ ਗਿਆ ਨੀ ਤੇਰਾ ਨਖਰਾ ਕਹਿਰ ਗੁਜ਼ਾਰ ਗਿਆ ਨੀ ਗੁੱਤ ਖੁੱਲ ਕੇ ਗਲ ਵਿੱਚ ਪੈ ਗਏ ਤੇਰੇ ਵਾਲ ਕੁੜੇ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ ਹਏ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ
ਚੱਲੇ ਜਿੱਥੇ ਵੀ ਅੱਡੀ ਮਾਰੀ ਗੱਲਾਂ ਤੋਂ ਸੁਰਖ ਪਸੀਨੇ ਨੂੰ ਤੂੰ ਪੂੰਜ ਪੂੰਜ ਕੇ ਹਾਰੀ ਧਰਤੀ ਤੇ ਟੋਏ ਪੈ ਚੱਲੇ ਜਿੱਥੇ ਵੀ ਅੱਡੀ ਮਾਰੀ ਗੱਲਾਂ ਤੋਂ ਸੁਰਖ ਪਸੀਨੇ ਨੂੰ ਤੂੰ ਪੂੰਜ ਪੂੰਜ ਕੇ ਹਾਰੀ ਜੀ ਕਰਦੈ ਜੀ ਕਰਦੈ ਹੱਥ ਚੋਂ ਖੋਲਾ ਨੀ ਜੀ ਕਰਦੈ ਕੀ ਕਰਦੇ ਹੱਥ ਚੋਂ ਖੋਲਾ ਤੇਰੇ ਰੁਮਾਲ ਕੁੜੇ ਤੇਰੀ ਭਿੱਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ ਹਾਏ ਭਿੱਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ ਹਾਏ ਭਿੱਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ ਤਰਜ਼ ਜਿਹੜੀ ਟਿਊਨ ਹੈ ਜਿਹਨਾਂ ਨੂੰ ਪੰਜਾਬੀ ਸੰਗੀਤ ਦੇ ਸਮਰਾਟ ਕਿਹਾ ਜਾਂਦਾ ਦੇਖੋ ਲੋਕ ਗੀਤਾਂ 'ਚ ਐਡਾ ਉਹਨਾਂ ਨੇ ਔਰ ਪੰਜਾਬੀ ਸੰਗੀਤ ਵਿੱਚ ਇਸ ਤਰ੍ਹਾਂ ਦੇ ਤਜਰਬੇ ਕੀਤੇ ਆ ਕਿ ਕਦੀ ਉਹਨਾਂ ਦਾ ਮਿਸਫਾਇਰ ਨਹੀਂ ਹੋਇਆ ਸੰਗੀਤ ਸਮਰਾਟ ਉਸਤਾਦ ਚਰਨਜੀਤ ਅਹੁਜਾ ਸਾਹਿਬ ਦੀ ਔਰ ਪੰਜਾਬ ਦੀ ਆਵਾਜ਼ ਬਣੇ ਹੋਏ ਹਰਭਜਨ ਮਾਨ ਜੀ ਦੀ ਇਹ ਆਵਾਜ਼ ਹੈ ਸਾਨੂੰ ਇੱਕ ਰੀਅਲੀ ਗੀਤ ਬਹੁਤ ਪਸੰਦ ਆਇਆ ਮੈਨੂੰ ਜ਼ਾਤੀ ਤੌਰ 'ਤੇ ਮੇਰੇ ਖਿਆਲ ਬਾਕੀ ਮੈਡਮ ਵੈਰੀ ਗੁੱਡ ਥੈਂਕ ਯੂ ਬਹੁਤ ਅੱਛਾ ਮੈਨੂੰ ਸਭ ਤੋਂ ਅੱਛੀ ਗੱਲ ਮੈਂ ਅੱਛਾ ਬਹੁਤ ਘੱਟ ਬੋਲਦਾ ਐਕਚੁਅਲੀ ਨਾ ਇਸ ਲਈ ਮੈਨੂੰ ਅੱਛੀ ਗੱਲ ਤੁਹਾਡੇ ਅੰਦਰ ਇਹ ਲੱਗੀ ਗਾਣਾ ਤਾਂ ਚਲੋ ਠੀਕ ਹੈ ਅੱਛਾ ਗਾਇਆ ਤੁਸੀਂ ਪਰ ਤੁਸੀਂ ਉਹਦੇ ਨਾਲ ਪਰਫਾਰਮ ਕਰਿਆ ਦੈਟ ਸ਼ੁੱਡ ਬੀ ਦਾ ਸਪਿਰਿਟ ਹਾਂ ਦੈਟ ਸ਼ੁੱਡ ਬੀ ਦਾ ਸਪਿਰਿਟ ਯਾ ਅੱਛੀ ਗੱਲ ਹੈ ਕੀਪ ਇਟ ਅਪ ਤੁਸੀਂ ਦੋਨੋਂ ਤਰ੍ਹਾਂ ਅੱਛਾ ਪਰਫਾਰਮ ਕੀਤਾ ਹੈ ਗਾਣ ਵੱਲੋਂ ਵੀ ਅੱਛਾ ਪਰਫਾਰਮ ਹੈ ਔਰ ਪ੍ਰੈਜੈਂਟੇਸ਼ਨ ਜਿਹੜੀ ਹੈ ਦੈਟਸ ਆਲਸੋ ਵੈਰੀ ਗੁੱਡ ਵੈਰੀ ਗੁੱਡ ਕੀਪ ਇਟ ਅਪ ਉਹ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਨੈਣੋ ਮੈਂ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਨੈਣੋ ਮੈਂ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਓ ਮੈਡਮ ਤੇਰੀ ਚਾਲ ਤੇਰੇ ਸਿਲਕੀ ਸਿਲਕੀ ਬਾਲ ਅਬ ਮੈਂ ਇਸੇ ਜ਼ਿਆਦਾ ਕਿਆ ਕਹੂੰ ਮਨਜ ਮਡੱਲੀ ਹੋ ਗਿਆ ਓਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਨਜ਼ਰਾਂ ਦੇ ਵਾਰ ਨਾ ਕਰਨੀ ਸਾਨੂੰ ਬੇਕਰਾਰ ਨਾ ਕਰਨੀ ਦਿਲ ਹੋ ਗਿਆ ਨੀ ਬੇਕਾਬੂ ਹਾਏ ਚੱਲ ਗਿਆ ਤੇਰਾ ਜਾਦੂ ਨਜ਼ਰਾਂ ਦੇ ਵਾਰ ਨਾ ਕਰਨੀ ਸਾਨੂੰ ਬੇਕਰਾਰ ਨਾ ਕਰਨੀ ਦਿਲ ਹੋ ਗਿਆ ਨੀ ਬੇਕਾਬੂ ਹਾਏ ਚੱਲ ਗਿਆ ਤੇਰਾ ਜਾਦੂ ਦਿਲ ਨਿਕਲ ਕੇ ਸਾਡਾ ਹੋ ਗਿਆ ਓਏ ਕੀ ਕਰੀਏ ਦਿਲ ਨਿਕਲ ਕੇ ਸਾਡਾ ਹੋ ਗਿਆ ਓਏ ਕੀ ਕਰੀਏ ਉਹ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਉਹ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਇਹ ਹੰਸਰਾਮ ਦਾ ਗਾਇਆ ਠੀਕ ਹੈ ਆਲ ਦ ਬੈਸਟ ਅੱਡੀਆਂ ਤੋਂ ਕੇ ਪਾਈਆਂ ਝਾਂਜਰਾਂ ਲੌਂਗ ਮਰੇ ਲਿਸ਼ਕਾਰੇ ਅੱਡੀਆਂ ਤੋਂ ਕੇ ਪਾਈਆਂ ਝਾਂਜਰਾਂ ਲੌਂਗ ਮਰੇ ਲਿਸ਼ਕਾਰ ਕੰਗਣਾ ਤੇਰਾ ਨੀ ਕਾਨੂੰ ਕਰੇ ਇਸ਼ਾਰੇ ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਰੰਗ ਸਤ ਰੰਗੇ ਨੀ ਕੱਲੇ ਕੱਲੇ ਆਸ਼ਿਕਾਂ ਦਾ ਦਿਲੀਏ ਮੰਗੇ ਨੀ ਕੰਗਣੇ ਦੇ ਵਿੱਚ ਲੱਗੇ ਨਗ ਸਤ ਰੰਗੇ ਨੀ ਕੱਲੇ ਕੱਲੇ ਆਸ਼ਿਕਾਂ ਦਾ ਦਿਲੀਏ ਮੰਗੇ ਨੀ ਆਪਣੇ ਸੀ ਕੰਗਣੇ ਨੂੰ ਸਾਂਭ ਕੇ ਰੱਖ ਮੁਟਿਆਰੇ ਆਪਣੇ ਸੀ ਕੰਗਣੇ ਨੂੰ ਸਾਂਭ ਕੇ ਰੱਖ ਮੁਟਿਆਰੇ ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ ਸਿੱਖਦੇ ਰਹਿਣਾ ਤੁਹਾਨੂੰ ਕੋਈ ਨਹੀਂ ਰੋਕ ਸਕੇਗਾ ਅੱਗੇ ਵਧਣ ਤੋਂ ਤੁਹਾਡੇ ਵਿੱਚ ਕਣ ਹੈ ਗਵਈਆਂ ਵਾਲਾ ਥੈਂਕ ਯੂ ਸਰ ਬੇਟਾ ਥੋੜਾ ਹੋਰ ਜੋਸ਼ ਨਾਲ ਗਾਣਾ ਸੀ ਇਸ ਗਾਣੇ ਨੂੰ ਸਰ ਨੇ ਤੁਹਾਨੂੰ ਕਿਹਾ ਵੀ ਸੀ ਸ਼ੁਰੂ ਕਰਨ ਤੋਂ ਪਹਿਲਾਂ ਮੁਸਕਰਾਓ ਥੋੜਾ ਜਿਹਾ ਮੁਸਕਰਾਓ ਅਸੀਂ ਤੁਹਾਡੇ ਦੋਸਤ ਹੈ ਟੀਚਰ ਨੇਗੇ ਹੈ ਠੀਕ ਹੈ ਮੁਸਕਰਾ ਜਿਸ ਤਰ੍ਹਾਂ ਕਿਹਾ ਨਾ ਸਰ ਨੇ ਉਸ ਤਰ੍ਹਾਂ ਕਰਦੇ ਰਹੋ ਤੁਸੀਂ ਅੱਜ ਤੋਂ ਤਿੰਨ ਚਾਰ ਸਾਲ ਬਾਅਦ ਸਾਨੂੰ ਪਤਾ ਸੀ ਕਹਾਂਗੇ ਬੱਚਾ ਆਇਆ ਸੀ ਜੇ ਲਗਨ ਨਾਲ ਸਿੱਖਦੇ ਰਹੇ ਬਿਲਕੁਲ ਚਲੋ ਚਲੋ ਸ਼ਾਲਾ ਮੇਰਾ ਜੀਵੇ ਢੋਲਾ ਹਾਏ ਹਾਏ ਸ਼ਾਲਾ ਮੇਰਾ ਜੀਵੇ ਢੋਲਾ ਪੱਕੀ ਸੜਕ ਤੇ ਰੋੜੀਏ ਜੀਵੇ ਢੋਲਾ ਮੇਰਾ ਜੀਵੇ ਢੋਲਾ ਪੱਕੀ ਸੜਕ ਤੇ ਰੋੜੀਏ ਹਾਏ ਨਾਲੇ ਮਾਈਏ ਛੱਲਾ ਲਾ ਲਿਆਏ ਨਾਲੇ ਉਂਗਲੀ ਮਰੋੜੀਏ ਹਾਏ ਨਾਲੇ ਮਾਈਏ ਛੱਲਾ ਲਾ ਲਿਆਏ ਨਾਲੇ ਉਂਗਲੀ ਮਰੋੜੀਏ ਹਾਏ ਨਾਲੇ ਉਂਗਲੀ ਮਰੋੜੀਏ ਹਾਏ ਨਾਲੇ ਉਂਗਲੀ ਮਰੋੜੀ ਢੋਲਾ ਸੋਨੇ ਦਾ ਇੱਕ ਗਹਿਣਾ ਜੀਵੇ ਢੋਲਾ ਜੀਵੇ ਜੀਵੇ ਢੋਲਾ ਜੀਵੇ ਸ਼ਾਲਾ ਮੇਰਾ ਜੀਵੇ ਢੋਲਾ ਸੋਨੇ ਦਾ ਇੱਕ ਗਹਿਣਾ ਵੇ ਇੱਕ ਸਾਨੂੰ ਤੂੰ ਮਿਲ ਜੇ ਅਸਾਂ ਦੁਨੀਆ ਤੋਂ ਕੀ ਲੈਣਾ ਵੇ ਇੱਕ ਸਾਨੂੰ ਤੂੰ ਮਿਲ ਜੇ ਵੇ ਅਸਾਂ ਦੁਨੀਆ ਤੋਂ ਕੀ ਲੈਣਾ ਚੰਨਾ ਵੇ ਅਸਾਂ ਦੁਨੀਆ ਤੋਂ ਕੀ ਲੈਣਾ ਢੋਲਾ ਵੇ ਅਸਾਂ ਦੁਨੀਆ ਤੋਂ ਕੀ ਲੈਣਾ ਮਾਇਆ ਵੇ ਅਸਾਂ ਦੁਨੀਆ ਤੋਂ ਕੀ ਲੈਣਾ ਕਿੱਦਾਂ ਦੇ ਗਾਣੇ ਪਸੰਦ ਨੇ ਤੁਹਾਨੂੰ ਗਾਣੇ ਪਾਕਿਸਤਾਨੀ ਪਸੰਦ ਨੇ ਅੱਛਾ ਪਾਕਿਸਤਾਨੀ ਵਿੱਚ ਕਿਹੜਾ ਸਟਾਈਲ ਪਸੰਦ ਹੈ ਕਿਹਦਾ ਸਟਾਈਲ ਜ਼ਿਆਦਾ ਸੁਣਦੇ ਹੋ ਬਹੁਤ ਅੱਛੇ ਅੱਛੇ ਕਲਾਕਾਰ ਨੇ ਨਾ ਪਾਕਿਸਤਾਨ ਮੈਡਮ ਫੈਜ਼ ਅਲੀ ਖਾਨ ਹਾਂਜੀ ਫੈਜ਼ ਅਲੀ ਖਾਨ ਫੈਜ਼ ਅਲੀ ਖਾਨ ਸਰ ਇੱਕ ਕਿਹਨਾਂ ਦਾ ਗਾਇਆ ਪ੍ਰਾਈਵੇਟ ਕੰਪੋਜ਼ਿਸ਼ਨ ਸਰ ਵੈਰੀ ਗੁੱਡ ਬਹੁਤ ਅੱਛੀ ਸ਼ਾਬਾਸ਼ ਕਿਹਦੀ ਤਰਜ਼ ਹੈ ਗੁਰੂ ਸਾਹਿਬ ਦੀ ਆਪਣੇ ਤੁਹਾਡੇ ਗੁਰੂ ਜੀ ਬਹੁਤ ਅੱਛੀ ਆਲ ਦਾ ਬੈਸਟ ਇਹ ਸੀ ਸਾਡੇ ਚਾਰ ਪਾਰਟੀਸੀਪੈਂਟਸ ਪੋਪ ਮਿਊਜ਼ਿਕ ਰਾਊਂਡ ਦੇ ਵਿੱਚ ਕੁਆਟਰ ਫਾਈਨਲ ਰਾਊਂਡ ਦੇ ਵਿੱਚ ਅਸੀਂ ਪਹੁੰਚ ਗਏ ਜੀ ਆਪਣੇ ਆਖਰੀ ਰਾਊਂਡ ਜੱਜਿਸ ਚੋਇਸ ਰਾਊਂਡ ਦੇ ਵਿੱਚ ਅਤੇ ਇਸ ਰਾਊਂਡ ਦੇ ਸਾਡੇ ਪਹਿਲੇ ਪਾਰਟੀਸੀਪੈਂਟ ਨੇ ਰੋਸ਼ਨ ਪ੍ਰਿੰਸ ਰੋਸ਼ਨ ਜੀ ਲੋਕ ਗੀਤ ਸੁਣ ਲਏ ਪੋਪ ਸੁਣ ਲਏ ਜੀ ਵੈਸੇ ਵੀ ਜਿਹੜੇ ਅੱਛੇ ਗੀਤ ਵੀ ਸੁਣੇ
ਇਹਨਾਂ ਦੇ ਵਿੱਚ ਮੈਂ ਦੇਖਿਆ ਲੋਕ ਗੀਤਾਂ 'ਚ ਬੜਾ ਉੱਚ ਪਾਏ ਦਾ ਸ਼ਾਇਰੀ ਹੁੰਦੀ ਹੈ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਨੇ। ਗੀਤ ਜਿਹੜੇ ਆ ਉਹ ਵੀ ਸਧਾਰਨ ਜਿਹੇ ਹੁੰਦੇ। ਕੋਈ ਐਸਾ ਕਲਾਸਿਕ ਪੋਇਟ ਲਾਈਕ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਜਾਂ ਸੁਰਜੀਤ ਪਾਤਰ ਸਾਹਿਬ ਵਗੈਰਾ, ਐਸੇ ਇਹਨਾਂ 'ਚੋਂ ਕਿਸੇ ਉਸਤਾਦ ਸ਼ਾਇਰ ਦਾ ਕਲਾਮ ਵੀ ਕਦੀ ਗਾਇਆ ਤੁਸੀਂ? ਜੀ, ਪਾਤਰ ਸਾਹਿਬ ਦਾ ਮੈਨੂੰ ਕਲਾਮ ਯਾਦ ਹੈ। ਪਾਤਰ ਸਾਹਿਬ ਸਾਡੇ ਸਮਿਆਂ ਦੇ ਬਹੁਤ ਵੱਡੇ ਉਸਤਾਦ ਸ਼ਾਇਰ ਹੈ, ਉਹਨਾਂ ਦਾ ਕਲਾਮ ਹੀ ਸੁਣਾ ਰਹੇ ਰੋਸ਼ਨ ਜੀ। ਨਾ ਸੂਰਜ ਦਾ ਪੰਛੀ, ਨਾ ਕਿਰਨਾ ਦਾ ਚੰਬਾ, ਨਾ ਸੂਰਜ ਦਾ ਪੰਛੀ, ਨਾ ਕਿਰਨਾ ਦਾ ਚੰਬਾ, ਕੋਈ ਐ ਨਾ ਸੁਨਾ ਬਨੇਰਾ ਨਾ ਹੋਵੇ, ਕਿਸੇ ਵਸ ਦੇ ਵੇੜੇ ਚ ਆਵੇ ਕਦੀ ਨਾ, ਉਹ ਰਾਤ ਜਿਸ ਦਾ ਸਵੇਰਾ ਨਾ ਹੋਵੇ। ਨਾ ਸੂਰਜ ਦਾ ਪੰਛੀ, ਨਾ ਕਿਰਨਾ ਦਾ ਚੰਬਾ, ਕਿਸੇ ਜੇਲ ਅੰਦਰ ਹਵਾਲਾਤ ਅੰਦਰ ਅਸੀਂ ਸੁਲਗਦੇ ਹਾਂ, ਅਜੇ ਰਾਤ ਅੰਦਰ ਹਜ਼ਾਰਾਂ ਨੇ ਸੂਰਜ ਖਿਆਲਾਂ ਚ ਸਾਡੇ, ਹਜ਼ਾਰਾਂ ਨੇ ਸੂਰਜ ਖਿਆਲਾਂ ਚ ਸਾਡੇ, ਹਜ਼ਾਰਾਂ ਨੇ ਸੂਰਜ ਖਿਆਲਾਂ ਚ ਸਾਡੇ, ਨਸੀਬਾਂ ਚ ਬੇਸ਼ੱਕ ਸਵੇਰਾ ਨਾ ਹੋਵੇ, ਕਿਸੇ ਵਸ ਦੇ ਵੇੜੇ ਚ ਆਵੇ ਕਦੀ ਨਾ, ਉਹ ਰਾਤ ਜਿਸ ਦਾ ਸਵੇਰਾ ਨਾ ਹੋਵੇ। ਨਾ ਸੂਰਜ ਦਾ ਪੰਛੀ, ਨਾ ਕਿਰਨਾ ਦਾ ਚੰਬਾ। ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਕੋਈ ਗੀਤ ਆਉਂਦਾ? ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਟੁੱਟ, ਸੁਣਾ ਦੇ। ਸਿੱਖ ਕਦੇ ਦੁੱਖ ਸੁੱਖ ਬੋਲਣਾ, ਤੇਰੇ ਬਿਨ ਨਹੀਂ ਜੀਣਾ ਮਰ ਜਾਣਾ ਟੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਟੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਟੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਟੋਲਣਾ।
ਦਿਲਾਂ ਚੋਂ ਸੀਨੇ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ ਕੁਝ ਕਾਲੇ ਬੱਦਲਾਂ ਚੋਂ ਗਗਨ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ ਤੁਰ ਗਏ ਉਹ ਸੱਜਣੋ ਚੈਣ ਡੁਬੋ ਕੇ ਜਾਗ ਕੇ ਕੱਟੀਆਂ ਰਾਤਾਂ ਆ ਵੀ ਜਾਣਾ ਸਦਾ ਬਿਨ ਨਹੀਂ ਲੱਗਦਾ ਦਿਲ ਮੇਰਾ ਟੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਟੋਲਣਾ ਜਾਣੇ ਖੁਦਾ ਮਹਿਰਮਾ ਤੇਰੇ ਸਿਵਾ ਜਾਣੇ ਖੁਦਾ ਮਹਿਰਮਾ ਅੱਛੀ ਕੰਪੋਜੀਸ਼ਨ ਨੂੰ ਹੱਥ ਪਾਇਆ ਤੁਹਾਡੀ ਜ਼ਰੂਰਤ ਦੀ ਦਾਤ ਦਿੰਦੇ ਬਹੁਤ ਬਹੁਤ ਵਧੀਆ ਗੱਲ ਹੈ ਦੇਖਣ 'ਚ ਗੱਲ ਇਹ ਆਈ ਆ ਕਿ ਚੰਗੀਆਂ ਚੰਗੇ ਗਵਾਈਆਂ ਨੂੰ ਸੁਣਨ ਵਾਲੇ ਚੰਗੀਆਂ ਤਰਜ਼ਾਂ ਕਹਿਣ ਵਾਲੇ ਇਹ ਜ਼ਰੂਰਤ ਕਰਨੀ ਜਿਹੜੀ ਇਹ ਬੜੀ ਬੜੀ ਮੁਸ਼ਕਿਲ ਹੈ ਜ਼ਰੂਰਤ ਦੀ ਗੱਲ ਹੈ ਔਰ ਇੱਕ ਹੋਰ ਚੀਜ਼ ਤੁਸੀਂ ਦੇਖੀ ਨੋਟ ਕੀਤੀ ਹੰਸ ਜੀ ਕਿ ਇਸਨੇ ਵਿੱਚ ਭੁੱਲਣ ਦੇ ਬਾਵਜੂਦ ਵੀ ਉਸਨੂੰ ਪੂਰਾ ਕਰ ਗਿਆ ਤੁਸੀਂ ਬੜੇ ਅੱਛੇ ਅੱਛੇ ਗਾਣੇ ਗਾਏ ਆ ਪਹਿਲਾਂ ਮੇਰਾ ਦਿਲ ਕਰ ਰਿਹਾ ਹੈ ਤੁਹਾਡੇ ਤੋਂ ਕੋਈ ਗੁਲਾਮ ਅਲੀ ਖਾਨ ਸਾਹਿਬ ਦੀ ਗਜ਼ਲ ਸੁਣਨ ਦਾ ਗੀਤ ਗਜ਼ਲ ਕੁਛ ਵੀ ਐਨੀਥਿੰਗ ਕੀ ਸੁਣਾਓਗੀ ਨੀ ਮੈਂ ਲਾਈਆਂ ਰਾਂਝੇ ਨਾਲ ਜੀ ਮੈਂ ਲਾਈਆਂ ਰਾਂਝੇ ਨਾਲ ਨੀ ਮੈਂ ਲਾਈਆਂ ਠੀਕ ਹੀਰੇ ਅੱਖ ਦੀ ਸੁਣੋ ਸਹੇਲੀਓ ਨੀ ਮੇਰੀ ਪਿੰਗ ਖਲਾਰਿਓ ਠਲਕੇ ਨੀ ਵਰਸ ਬੂਟਿਆਂ ਦੇ ਵਿੱਚ ਆਪ ਬੈਠੇ ਹੀਰ ਸੱਠੇ ਸਹੇਲੀਆਂ ਘਲਕੇ ਨੀ ਨੀ ਮੈਂ ਲਾਇਆ ਰਾਂਝੇ ਨਾ ਨੀ ਮੈਂ ਲਾਇਆ ਰਾਂਝੇ ਨਾ ਨੀ ਮੈਂ ਕਮਲੀ ਹੀਰ ਸਿਆ ਸੋਨਾ
ਹਾਰ ਕੇ ਵੀ ਮੈਂ ਵੱਖ ਨਹੀਂ ਹੋਣਾ ਰਵੇ ਮੈਨੂੰ ਸਿੱਧਾ ਖਿਆ ਬਹੁਤ ਅੱਛੇ ਬਹੁਤ ਅੱਛੇ ਇਸ ਰਾਊਂਡ ਵਿੱਚ ਜਿੰਨੇ ਵਧੀਆ ਤਰ੍ਹਾਂ ਤੁਸੀਂ ਪਰਫੈਕਟ ਗਾਇਆ ਔਰ ਖਾਨ ਸਾਹਿਬ ਦੀ ਤਰਜ਼ ਗਾਈ ਹੈ ਦੇਖੋ ਵੱਡੀ ਵੱਡੀ ਉਮਰਾਂ ਵਾਲੇ ਇਹ ਨਹੀਂ ਇਸ ਤਰ੍ਹਾਂ ਦਾ ਇਸ ਚੀਜ਼ ਨੂੰ ਹੱਥ ਪਾਉਂਦੇ ਸ਼ਾਬਾਸ਼ ਬੇਟੇ ਇਹੀਓ ਚਾਹੁੰਦੇ ਹਾਂ ਕਿ ਤੁਸੀਂ ਜ਼ਿੰਦਗੀ 'ਚ ਹੋਰ ਮਿਹਨਤ ਕਰੋ ਕਿਉਂਕਿ ਤੁਸੀਂ ਅੱਛਾ ਗਾ ਸਕਦੇ ਹੋ ਲੇਕਿਨ ਇਹਨੂੰ ਸਿਰ 'ਤੇ ਨਾ ਚੜ੍ਹਨ ਦੇਣਾ ਗੱਲ ਨੂੰ ਇਹਨੂੰ ਸਮਝ ਕੇ ਸਮਝੇ ਹੋ ਨਾ ਇਹਨੂੰ ਹੋਰ ਸਿੱਖਣਾ ਤੁਸੀਂ ਬਹੁਤ ਅੱਛਾ ਗਾਓਗੇ ਅਗਰ ਇਸੇ ਤਰ੍ਹਾਂ ਅੱਛੇ ਲੋਕਾਂ ਨੂੰ ਸੁਣਦੇ ਰਹੇ ਔਰ ਮਿਹਨਤ ਕਰਦੇ ਰਹੇ ਬੇਟੇ ਠੀਕ ਹੈ ਆਲ ਦਾ ਬੈਸਟ ਗੋਡ ਬਲੈਸ ਯੂ ਐਂਡ ਥੈਂਕ ਯੂ ਥੈਂਕ ਯੂ ਹਾਂਜੀ ਗੁਰਮੀਤ ਕੀ ਸੁਣਾਓਗੇ ਤੁਸੀਂ ਅੱਖੀਆਂ ਨੂੰ ਚੈਨ ਨਾ ਆਵੇ ਸੱਜਣਾ ਘਰ ਆ ਜਾ ਨਹੀਂ ਰਾਂਝਣਾ ਰੱਖ ਲਈ ਸਦਾ ਲਈ ਰਾਂਝਣਾ ਰੱਖ ਲੈ ਸਦਾ ਲਈ ਮੈਨੂੰ ਕੋਲ ਸੋਹਣਿਆ ਰੱਖ ਲੈ ਸਦਾ ਲਈ ਮੇਰੇ ਢੋਲ ਰਾਂਝਣਾ ਰੱਖ ਲੈ ਸਦਾ ਲਈ ਮੈਨੂੰ ਕੋ ਸੋਹਣਿਆ ਰੱਖ ਲੈ ਸਦਾ ਲਈ ਜਿਹਾ ਕੋਈ ਹੋਰ ਨਾ ਮੈਨੂੰ ਮੇਰੇ ਜਿਹੇ ਤਾਂ ਲੱਖਾਂ ਮਿਲ ਜਾਣ ਤੈਨੂੰ ਮੇਰੇ ਜਿਹੇ ਤਾਂ ਲੱਖਾਂ ਮਿਲ ਜਾਣ ਤੈਨੂੰ ਮੈਂ ਰਵਾਂ ਤੈਨੂੰ ਖੋ ਕੇ ਕੀਏ ਮੇਰੇ ਕੋਲ ਮੇਰੇ ਦਿਲ ਹੀ ਮੇਰੇ ਢੋਲ ਰਾਂਝਣਾ ਰੱਖ ਲੈ ਸਦਾ ਲਈ ਮੈਨੂੰ ਕੋ ਸੋਹਣਿਆ ਰੱਖ ਲੈ ਸਦਾ ਲਈ ਮੈਨੂੰ ਕੋ ਬੜਾ ਖੂਬਸੂਰਤੀ ਨਾਲ ਗਾਇਆ ਬਹੁਤ ਅੱਛਾ ਥੈਂਕ ਯੂ ਸਰ
ਅੱਛਾ ਨਿਭਾ ਗਏ ਹੋ, ਗਾਣਾ ਮੁਸ਼ਕਿਲ ਸੀ ਪਰ ਇਹਦੇ ਵਿੱਚ ਜਿਹੜਾ ਤਰਲਾ ਹੈ ਨਾ, ਰਾਂਝਣਾ ਰੱਖ ਲੈ ਸਦਾ ਲਈ ਮੈਨੂੰ ਕੋਲ, ਰੱਖ ਲੈ ਸਦਾ ਲਈ ਮੈਨੂੰ ਕੋਲ, ਕਮਾਲ ਹੈ, ਇਹ ਬਹੁਤ ਖੂਬਸੂਰਤ ਵਰਡਿੰਗ ਹੈ, ਬੜੀ ਅੱਛੀ। ਮੈਂ ਤਾਂ ਸਿਰਫ ਇਹੀ ਕਹਿਣਾ ਚਾਹ ਰਿਹਾ ਕਿ ਤੁਹਾਨੂੰ ਕਾਫੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਮੇਰੇ ਹਿਸਾਬ ਨਾਲ। ਸਰ ਜ਼ਰੂਰ ਕਰਾਂਗੇ। ਹਰ ਫੀਲਡ ਦੇ ਅੰਦਰ ਜੋ ਕਿ ਸਿੰਗਿੰਗ ਨਾਲ ਕਨੈਕਟਡ ਹੈ, ਤੁਹਾਡਾ ਪ੍ਰੋਨੰਸੀਏਸ਼ਨ, ਤੁਹਾਡਾ ਸੁਰ, ਲੈ, ਪਲੀਜ਼। ਠੀਕ ਹੈ ਸਰ, ਮੇਰੀ ਇੱਕ ਬ੍ਰਦਰਲੀ ਐਡਵਾਈਸ ਮੰਨ ਕੇ ਇਹ ਚੀਜ਼ ਫੋਲੋ ਕਰਨਾ। ਸਰ ਜ਼ਰੂਰ ਕਰਾਂਗੇ। ਜੇ ਤੁਸੀਂ ਗਾਣਾ ਚਾਹੁੰਦੇ ਹੋ, ਹਾਂਜੀ, ਫਿਰ ਪਲੀਜ਼ ਇਹਨੂੰ ਸੀਰੀਅਸਲੀ। ਥੈਂਕ ਯੂ। ਗਾਣਾ ਚਾਹੁੰਦੇ ਹੋ ਸਰ? ਹਾਂਜੀ, ਕਿਸਾਨ ਨੂੰ ਰਵਾਉਣਾ ਚਾਹੁੰਦੇ ਹੋ? ਜੇ ਸਾਡੇ ਛੋਟੇ ਭਰਾ ਪੰਜਾਬੀ ਗੈਰਤ ਨਹੀਂ ਕਰਨਗੇ, ਜਿੱਦਾਂ ਦਾ ਗਾਣਾ ਆਇਆ ਬਿਨਾਂ ਸਿੱਖਿਆਂ ਪੁੱਛਿਆਂ ਗਾਉਣਗੇ, ਤਾਂ ਸੱਚੀ ਅਸੀਂ ਰੋਵਾਂਗੇ, ਸੱਚੀ ਰੋਵਾਂਗੇ। ਕਿਉਂਕਿ ਜਿਹੜੇ ਲਾਹੌਰ ਦੇ, ਜਿਹੜੇ ਪੰਜਾਬ ਦੇ ਤੁਸੀਂ ਗਾਣੇ ਗਾਉਂਦੇ ਹੋ, ਉੱਧਰ ਗੈਰਤਮੰਦ ਬਹੁਤ ਹੈ, ਬੰਦੇ 12-12, 14-14 ਘੰਟੇ ਰਿਆਜ਼ ਕਰਦੇ ਆ। ਸਾਡੇ ਇਹ ਰਿਵਾਜ਼ ਹੋ ਗਿਆ ਕਿ ਕੈਸਟ ਆਉਣੀ ਚਾਹੀਦੀ ਹੈ, ਪਬਲਿਸਿਟੀ ਪੱਲਿਓਂ ਕਰਾਉਣੀ ਚਾਹੀਦੀ ਹੈ, ਮਾਇਆ ਵੀ ਕੋਲੋਂ ਲਾਉਣੀ ਚਾਹੀਦੀ ਹੈ, ਅਤੇ ਗਾਣਾ ਜਿੱਦਾਂ ਦਾ ਮਰਜ਼ੀ ਹੋਵੇ। ਪਤਾ ਨਹੀਂ ਕਿਹਦਾ ਨਾਂ ਸੰਗੀਤ ਅਸੀਂ ਰੱਖ ਲਿਆ, ਅਤੇ ਮੇਰੇ ਪਿਆਰੇ ਦੋਸਤੋ, ਉਹ ਮੇਰੇ ਲਈ ਵੀ ਸੁਝਾਅ ਆ, ਤੁਹਾਡੇ ਲਈ ਵੀ ਸੁਝਾਅ ਆ। ਸਾਨੂੰ ਚਾਹੀਦਾ ਜਾਨ ਤੋਂ ਜਾਨ ਮਾਰੀਏ ਔਰ ਆਪਣੇ ਪੰਜਾਬ ਦੀ ਗੈਰਤ ਨੂੰ। ਇੱਥੇ ਬੜੇ ਖਾਂ ਸਾਹਿਬ ਪੈਦਾ, ਸਲਾਮਤ ਨਜਾਕਤ ਪੈਦਾ ਹੋਏ, ਨੁਸਰਤ ਖਾਂ ਜਲੰਧਰ ਪੈਦਾ ਹੋਏ, ਤਫੈਲ ਨਿਆਜ਼ੀ ਇੱਥੇ ਪੈਦਾ ਹੋਏ। ਹੁਣ ਅੱਜ ਕੱਲ੍ਹ ਬੇਗੈਰਤੀ ਦਾ ਜ਼ਮਾਨਾ ਆ ਗਿਆ, ਸਿਰਫ ਕੈਸਟ ਕਿੰਨੀ ਵਿਕਦੀ ਹੈ, ਪ੍ਰੋਗਰਾਮ ਕਿੰਨੇ ਆ, ਔਰ ਧੰਦਾ ਬਾਜ਼ਾਰ, ਔਰ ਇੱਦਾਂ ਕਈ ਵਾਰੀ ਲੱਗਦਾ ਕਿ ਬਾਜ਼ਾਰ ਜ਼ਿਆਦਾ ਹੋ ਗਿਆ। ਇਸ ਕਰਕੇ ਸਿੱਖੋ ਜ਼ਰੂਰ, ਪੁੱਛੋ ਜ਼ਰੂਰ, ਤੁਹਾਡੇ 'ਤੇ ਸਾਨੂੰ ਬਹੁਤ ਉਮੀਦਾਂ ਨੇ, ਅਸੀਂ ਜਿੰਨਾ ਕੁ ਕਰ ਸਕੇ ਹਾਂ ਓਨਾ ਕੁ ਕਰ ਸਕੇ ਹਾਂ, ਅੱਗੋਂ ਤੁਹਾਡੇ ਹਵਾਲੇ ਆ। ਅਗਰ ਹਿੰਮਤ ਨਹੀਂ ਕਰੋਗੇ ਤਾਂ ਅਸੀਂ ਵੀ ਕਿਸ ਨੂੰ ਸੁਣਾਂਗੇ? ਸੋ ਅੱਛਾ, ਹਿੰਮਤ ਕਰਦੇ ਹੋ, ਲੇਕਿਨ ਹੋਰ ਮਿਹਨਤ ਕਰਕੇ ਹਿੰਮਤ ਕਰੋ, ਅਤੇ ਉਹਦੇ 'ਚ ਹੋਰ ਮਜ਼ਾ ਆਏਗਾ, ਸਾਨੂੰ ਵੀ ਸੁਣਨ ਦਾ, ਤੁਹਾਨੂੰ ਗਾਉਣ ਦਾ। ਠੀਕ ਹੈ, ਥੈਂਕ ਯੂ ਸਰ। ਥੈਂਕ ਯੂ ਵੈਰੀ ਮੱਚ। ਕੁਆਟਰ ਫਾਈਨਲ ਰਾਊਂਡਸ ਦਾ ਇਹ ਸੀ ਸਾਡਾ ਆਖਰੀ ਰਾਊਂਡ, ਅਤੇ ਇਹ ਸੀ ਸਾਡਾ ਆਖਰੀ ਕੰਟੈਸਟੈਂਟ। ਸੋ ਅੱਜ ਦੇ ਇਸ ਕੁਆਟਰ ਫਾਈਨਲ ਰਾਊਂਡ ਦੇ ਵਿੱਚ ਇਹਨਾਂ ਫਨਕਾਰਾਂ ਨੇ ਹਰ ਰੰਗ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਯਾਨੀ ਕਿ ਜ਼ਿੰਦਗੀ ਦਾ ਹਰ ਰੰਗ। ਕਿਸੇ ਨੇ ਕਲਾਮ ਗਾਇਆ ਅਤੇ ਕਿਸੇ ਨੇ ਗੀਤ, ਕਿਸੇ ਨੇ ਗਜ਼ਲ ਅਤੇ ਕਿਸੇ ਨੇ ਨਜ਼ਮ। ਹਰ ਰੰਗ ਆਵਾਜ਼ ਪੰਜਾਬੀ ਦੇ ਇਸ ਮੁਕਾਬਲੇ ਦੇ ਵਿੱਚ ਤੁਹਾਨੂੰ ਮਿਲੇਗਾ। ਫਿਲਹਾਲ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਵੇਖਦੇ ਰਹੋ MH1।